हुई है उन्होंने किदा देना। देखो मैनू लगता है इंसानी जामे दे विच इहो जी कदी सोच होनी नहीं चाहिए, क्योंकि इहो जी घिनौनी हरकत जिहड़ी आ उहो जां तां मैनू जिन्नी क गल समझ आउंदी आ जां तां बंदा मैंटली डिस्टर्ब होगा ते जां फिर कोई ना कोई इहदे विच पिछे साजिश हो सकती है। इहदी डीपली इनवैसटीगेशन करवाउणी चाहीदी आ, क्योंकि हर बंदे नूं पता हैगा कि इह किन्नी पवित्र जगह हैगी आ, और इह वी नहीं है कि उत्थे कोई इकलता हैगी आ। सो मैनू जिहड़ा शुरुआती तां इह लगदा कि जां तां कोई वड्डी साजिश आ ते जां फिर ਬੰਦਾ ਕਿਤੇ ਮੈਂਟਲੀ। ਉਸ ਘਟਨਾ ਨੂੰ ਦੇਖਦੇ ਹੋਏ ਅੱਜ ਸਵੇਰੇ ਕਪੂਰਥਲਾ ਦੇ ਨਿਜ਼ਾਮਪੁਰ ਦੇ ਵਿੱਚ ਵੀ ਜਿਹੜੀ ਬੇਅਦਬੀ ਹੋਈ, ਦੇਖੋ ਇਹ ਤਾਂ ਬੇਸਿਕਲੀ ਕਿਤੇ ਨਾ ਕਿਤੇ ਕੋਈ ਸਾਜਿਸ਼ ਦੇ ਤਹਿਤ ਹੋ ਰਿਹਾ ਹੈਗਾ, ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈਗੀ ਆ। ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਆਪਣਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ। ਅਜਿਹੇ ਪਵਿੱਤਰ ਸਥਾਨ ਅਤੇ ਅਜਿਹੀਆਂ ਘਟਨਾਵਾਂ ਦਾ ਹੋਣਾ ਇਹ ਬਹੁਤ ਵੱਡੀ ਸਾਜਿਸ਼ ਹੋ ਸਕਦੀ ਹੈ। ਦੇਖੋ ਮੈਨੂੰ ਲੱਗਦਾ ਹੈ ਇਨਸਾਨੀ ਜਾਮੇ ਦੇ ਵਿੱਚ ਇਹੋ ਜਿਹੀ ਕਦੀ ਸੋਚ ਹੋਣੀ ਨਹੀਂ ਚਾਹੀਦੀ, ਕਿਉਂਕਿ ਇਹੋ ਜਿਹੀ ਘਿਨੌਣੀ ਹਰਕਤ ਜਿਹੜੀ ਆ ਉਹ ਜਾਂ ਤਾਂ ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ ਜਾਂ ਤਾਂ ਬੰਦਾ ਮੈਂਟਲੀ ਡਿਸਟਰਬ ਹੋਊਗਾ ਅਤੇ ਜਾਂ ਫਿਰ ਕੋਈ ਨਾ ਕੋਈ ਇਹਦੇ ਵਿੱਚ ਪਿੱਛੇ ਸਾਜਿਸ਼ ਹੋ ਸਕਦੀ ਆ। ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਵਾਉਣੀ ਚਾਹੀਦੀ ਆ, ਕਿਉਂਕਿ ਹਰ ਬੰਦੇ ਨੂੰ ਪਤਾ ਹੈਗਾ ਕਿ ਇਹ ਕਿੰਨੀ ਪਵਿੱਤਰ ਜਗ੍ਹਾ ਹੈਗੀ ਆ, ਔਰ ਇਹ ਵੀ ਨਹੀਂ ਹੈ ਕਿ ਉੱਥੇ ਕੋਈ ਇਕੱਲਤਾ ਹੈਗੀ ਆ। ਸੋ ਮੈਨੂੰ ਜਿਹੜਾ ਸ਼ੁਰੂਆਤੀ ਤਾਂ ਇਹ ਲੱਗਦਾ ਵੀ ਜਾਂ ਤਾਂ ਕੋਈ ਵੱਡੀ ਸਾਜਿਸ਼ ਆ ਅਤੇ ਜਾਂ ਫਿਰ ਬੰਦਾ ਕਿਤੇ ਮੈਂਟਲੀ। ਉਸ ਘਟਨਾ ਨੂੰ ਦੇਖਦੇ ਹੋਏ ਅੱਜ ਸਵੇਰੇ ਕਪੂਰਥਲਾ ਦੇ ਨਿਜ਼ਾਮਪੁਰ ਦੇ ਵਿੱਚ ਵੀ ਜਿਹੜੀ ਬੇਅਦਬੀ ਹੋਈ ਆ ਲੱਗਦਾ ਨਹੀਂ? ਦੇਖੋ ਇਹ ਤਾਂ ਬੇਸਿਕਲੀ ਕਿਤੇ ਨਾ ਕਿਤੇ ਕੋਈ ਸਾਜਿਸ਼ ਦੇ ਤਹਿਤ ਹੋ ਰਿਹਾ ਹੈਗਾ, ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈਗੀ ਆ, ਔਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਕਿਸੇ ਵੀ ਨਿਜ਼ਾਮ ਨੂੰ ਜਿਹੜਾ ਉਹ ਕਿਸੇ ਵੀ ਸਰਕਾਰ ਨੂੰ ਇਹੋ ਜਿਹੇ ਹਾਲਾਤ ਦੇ ਵਿੱਚ ਕਰਨੀ। ਇੱਕ ਪਾਸੇ ਦਰਬਾਰ ਸਾਹਿਬ ਜੀ ਨੇ ਬੇਅਦਬੀ ਕੀਤੀ ਉਹਨੂੰ ਮੌਤ ਦੇ ਘਾਟ ਉਤਾਰ ਦੇਣਾ, ਅਤੇ ਦੂਜੇ ਪਾਸੇ ਉਹ ਯੁਵਕ ਨੂੰ ਪਕੜ ਲਿੱਤਾ ਗਿਆ ਹੈਗਾ, ਲੱਗਦਾ ਕੁਛ ਨਾ ਕੁਛ ਨਹੀਂ ਕਿਤੇ ਨਾ ਕਿਤੇ ਜਦੋਂ ਜਿਹੜੀ ਆ ਸਵੇਰ ਦੀ ਅੱਜ ਦੀ ਘਟਨਾ ਹੈਗੀ ਹੈ ਇਹ ਤਾਂ ਕਿਤੇ ਲੱਗਦਾ ਹੈਗਾ ਵੀ ਇਹ ਪੂਰਾ ਜਿਹੜਾ ਸੋਚੀ ਸਮਝੀ ਸਾਜਿਸ਼ ਹੈਗੀ ਆ। ਇਨਵੈਸਟੀਗੇਸ਼ਨ ਜਾ ਜਾਏਗਾ ਸਾਹਮਣੇ? ਨਹੀਂ, ਡੈਫੀਨੇਟਲੀ ਚੰਗੀ ਏਜੰਸੀ ਇਨਵੈਸਟੀਗੇਸ਼ਨ ਕਰੇ, ਕਿਉਂਕਿ ਅੱਜ ਕੱਲ੍ਹ ਇਨਵੈਸਟੀਗੇਸ਼ਨ ਏਜੰਸੀਆਂ ਦੇ ਵੀ ਹਾਲਾਤ ਤਾਂ ਇੱਦਾਂ ਦੇ ਹੋਏ ਆ ਨਾ ਕਿ ਜਦੋਂ ਦੀ ਇਹ BJP ਦੀ ਸਰਕਾਰ ਆਈ ਆ ਇਹਨਾਂ ਨੇ ਅਸਲੀ ਗੱਲ ਆ ਸਾਡੀ ਇੰਸਟੀਟਿਊਸ਼ਨਸ ਨੂੰ ਮਾਰ ਦਿੱਤਾ, ਜਿਹੜਾ ਸਭ ਤੋਂ ਡੈਮੋਕ੍ਰੇਸੀ ਦੇ ਵਿੱਚ ਵੱਡਾ ਖਤਰਾ ਹੈਗਾ। ਸੋ ਉਹ ਇਹੋ ਜਿਹੇ ਕੰਮ ਜਿਹੜੇ ਆ ਇੱਕ ਦੇਸ਼ ਨੂੰ ਚੰਗੇ ਪਾਸੇ ਨੂੰ ਲਿਜਾਣ ਲਈ ਕਰਨੇ ਨਹੀਂ ਚਾਹੀਦੇ। ਜਿਹੜੀਆਂ ਇੰਸਟੀਟਿਊਸ਼ਨਸ ਆ ਉਹਨੂੰ ਖੜ੍ਹੇ ਰੱਖਣਾ ਚਾਹੀਦਾ, ਰਾਦਰ ਉਹਨੂੰ ਤਕੜਾ ਰੱਖਣਾ ਚਾਹੀਦਾ, ਕਿਉਂਕਿ ਦੇਸ਼ ਵੱਡੇ ਹੁੰਦੇ ਆ, ਇੰਸਟੀਟਿਊਸ਼ਨਸ ਵੱਡੇ ਹੁੰਦੇ ਆ, ਕੋਈ ਪਾਰਟੀਆਂ ਜਾਂ ਕੋਈ ਇਨਸਾਨ ਵੱਡੇ ਨਹੀਂ ਹੁੰਦੇ। ਸਰਦਾਰ ਦੇ ਕਿ ਪ੍ਰਗਟ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਏਜੰਸੀਆਂ ਨੂੰ ਤਕੜਾ ਰੱਖਣਾ ਚਾਹੀਦਾ ਹੈ, ਕਿਉਂਕਿ ਦੇਸ਼ ਦੀ ਏਜੰਸੀ ਆਪ ਵੱਡੀ ਹੁੰਦੀ ਹੈ ਅਤੇ ਪਾਰਟੀਆਂ ਜਿਹੜੀਆਂ ਕਿ ਉਹ ਵੱਡੀਆਂ ਨਹੀਂ ਹੁੰਦੀਆਂ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 to 8 PM ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ।